लो भाई भाई होरां कोले खड़े हैं इफ्तू खान ही नाम अपना हाँ भाई मलेरकोटले तो उन्होंने बाबा समय का प्यार भी इन्होंने मिलते भी रहने इन्हों तो दूसरी गल करिए भी जानवर सोने पालते हैं बकरे वगैरह है ना बकरियाँ जो भी चंगी गल बात ज्यादातर मैं लगता भाई बकरे ही पालते हैं क्यों भाई हाँ जी हाँ भाई बकरे नहीं शौक रखते होंगे बकरे बकरियां भी रखते भाई पांच चार घरे अच्छा बस ठीक है कि मैंने आज केड़ी पोजीशन ते ने दोए बकरे बोक दोने भाई चार चार दंद ने साठ पैंठ किलो ए वजन है सत्तर किलो ए भी चार दंद नहीं एको दिन के जमे ने एक जगह नहीं भाई अड 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 मावा ने दोने अच्छा की वगैरह इन्हां दा है डिटेल इधर नु दस्यो हाइट वगैरह डिटेल भाई आ चार दंद बकरा है साठ पैंठ किलो इत्थे करी ना अगे कर ला ਤੇ 41 ਇਹਦੀ ਹਾਈਟ ਹੈਗੀ ਹਾਂ ਸਹੀ ਗੱਲ ਆ ਕਿੰਨੀ ਹਾਈਟ ਕਰੂਗਾ ਇਹ ਤਕਰੀਬਨ ਬਾਈ 45 ਪਲੱਸ ਚਲਾ ਜਾਊਗਾ ਇਹ ਹੈ ਤਾਂ ਚਾਰ ਦੰਦ ਹੁਣ ਹੀ ਕਰਿਆ ਇਹ ਕੁਇੰਟਲ ਦੇ ਕਰੀਬ ਚਲਾ ਜਾਊਗਾ ਆਰਾਮ ਨਾਲ ਬਾਈ ਆਰਾਮ ਨਾਲ ਕੁਇੰਟਲ ਦੇ ਕੁਇੰਟਲ ਦੇ ਕਰੀਬ ਤਾਂ ਆਰਾਮ ਨਾਲ ਵਗ ਜੂ ਠੀਕ ਹੈ ਤੋਰੇ ਨੂੰ ਕੋਰ ਉਧਰ ਨੂੰ ਲੈ ਕੇ ਜਾਈਂ ਮੈਂ ਵੀਰਵਾਨ ਆ ਦੇਖੋ ਬਸ ਬੱਕਰਾ ਵੀ ਚੰਗਾਗਾ ਸਾਫ ਹੈਗਾ ਥੋੜਾ ਬਹੁਤਾ ਲੰਗੜਾਉਂਦਾ ਪੈਰ 'ਚ ਥੋੜਾ ਬਹੁਤਾ ਕੋਈ ਜਿਹਾ ਸੱਟ ਵਗੈਰਾ ਨਾ ਵੱਜੀ ਹੋਵੇ ਲੰਗੜਾਉਂਦਾ ਬਾਈ ਥੋੜਾ ਘਣਾ ਲੰਗੜਾਉਂਦਾ ਨਹੀਂ ਬਾਈ ਥੋੜੀ ਐਚ ਪੀ ਜੀ ਕਰਦਾ ਅੱਛਾ ਬੰਨੇ ਨਹੀਂ ਨਾ ਕਰਦੇ ਪਟਾ ਜਿਹਾ ਕਰਕੇ ਕਰਦਾ ਠੀਕ ਆ ਬਣਦਾ ਉਹ ਖੜਾ ਘੈਂਟ ਹੈਗਾ ਨਾ ਹਾਂ ਐਂ ਖੜਾ ਬਾਈ ਕੰਨ ਬਾਵਾ ਘੈਂਟ ਨਹੀਂ ਠੀਕ ਸੋਹਣਾ ਯਾਰ ਬੱਕਰਾ ਆ ਲੈ ਬਾਈ ਉਹਨਾਂ ਨੂੰ ਅਕਬਰ ਲੈ ਇਹਨੂੰ ਇਹਦੇ ਬਾਰੇ ਦੱਸੋ ਇਹਦਾ ਵਜਨ ਜ਼ਿਆਦਾ ਹੈ ਨਾ ਇਹਦਾ ਵਜਨ ਜ਼ਿਆਦਾ ਇਹ 70-75 ਕਿਲੋ ਹੋਊਗਾ ਇਹ ਵੀ ਚਾਰ ਦੰਦੀ ਆ ਇਹ ਵੀ ਚਾਰ ਦੰਦ ਆ ਹਾਂ ਹਾਈਟ ਇਹਦੀ ਇਹ 39-40 ਹੋਊਗਾ ਬਸ ਥੋੜਾ ਹੀ ਫਰਕ ਆ 40 ਕੋ ਹੋਊਗਾ ਨਾ ਰਾਈਟ 40 ਇੰਚ ਦਾ ਇਹ ਹੋਊਗਾ ਚਾਰ ਦੰਦਾਂ ਦਾ ਇਹ ਆ ਮੁੱਲ ਕੀ ਕਰ ਦਿਓਗੇ ਮੁੱਲ ਬਾਈ ਦੋਨਾਂ ਦਾ 40-40 ਕਰਦੇ ਆਪਾਂ 40-40 80 ਹੋ ਗਿਆ ਨਾ ਉਰੇ ਲੱਗਿਆ ਮੁੱਲ ਕੁਛ ਉਰੇ ਬਾਈ ਲੱਗਿਆ ਮੁੱਲ 50-50 ਲੱਗਿਆ ਤਕਰੀਬਨ 50 ਲੱਗਿਆ ਠੀਕ ਹੈ ਦੇਣੇ ਕਿੱਥੇ ਤੱਕ ਨੇ ਫਿਰ 70 ਤੱਕ ਬਸ ਦੇ ਦਾਂਗੇ ਬਾਈ ਕੋਈ ਗੱਲ ਨਹੀਂ ਠੀਕ ਹੈ ਚੱਲ ਲੈ ਵੀ ਬੱਕਰੇ ਦੇਖੋ ਸੋਹਣੇ ਨੇ ਜ਼ਿਲ੍ਹਾ ਕਿਹੜਾ ਆਪਣਾ ਮਲੇਰਕੋਟ ਲਾ ਬਾਈ ਰਹਿੰਦੇ ਮਲੇਰਕੋਟ ਮਲੇਰਕੋਟ ਹੀ ਰਹਿੰਦੇ ਆ ਨਾਲ ਹੀ ਮਲੇਰਕੋਟ ਹੀ ਰਹਿੰਦੇ ਨੇ ਬਾਈ ਜਮਾ ਗੱਲਬਾਤ ਹੋ ਗਈ ਦੋਏ ਬੱਕਰੇ ਨੂੰ ਤੋਰ ਬਾਈ ਇਕੱਠੇ ਨੂੰ ਉਹ ਉਧਰ ਨੂੰ ਫਿਰ ਇੱਧਰ ਨੂੰ ਲੈ ਕੇ ਇਹਨਾਂ ਨੂੰ ਲੈ ਹੁਣ ਚੰਗੀ ਤਰ੍ਹਾਂ ਰੱਖਾਂ ਕੰਨ ਛੱਡ ਕੇ ਅੱਡੋ ਅੱਡੀ ਜਗ੍ਹਾ ਤੇ ਭਜਦੇ ਨੇ ਵੀ ਦੇਖੋ ਬਾਈ ਦੇਖੋ ਬੇਟੇ ਵਿਆਹ ਲੜਾ ਬਾਤੀ ਓਏ ਆਹ ਲਿਆ ਬਈ ਲਿਆ 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 ਆ ਡੱਬਾ ਬੱਕਰਾ ਥੋੜਾ ਜਿਹਾ ਭਾਰਾ ਵਾਹ ਭਾ ਭਾਰਾ ਉਹਦਾ ਬਈ ਨਾ ਬਈ ਖਿੱਚ ਖਿੱਚ ਕੇ ਲਿਆਂਦਾ ਬਈ ਨੂੰ ਬਾਈ ਤੂੰ ਵੀ ਖਰਾਕ ਖਾਇਆ ਕਰ ਠੀਕ ਹੈ ਆ ਵੀ ਦਿਖਾ ਦੇ ਵੀਰੇ ਬੱਚਾ ਨਿਕਾ ਜਾ ਇਹ ਵੀ ਦਿਖਾ ਦੋ ਬਈ ਇਹ ਵੀ ਵੇਚਣਾ ਨਾ ਦਿਖਾ ਦੇ ਅੱਛਾ ਇਹ ਰੱਖਿਆ ਹੋਇਆ ਵੇਚਣਾ ਨਹੀਂਗਾ ਕੀ ਮੁੱਲ ਕਰ ਸਾਈਡ ਤੇ ਕਰ ਲਓ ਤਿਆਰ ਕਰਕੇ ਵੇਚੋ ਇਹਦਾ ਕੀ ਮੁੱਲ ਆ ਇਹਦੇ ਇਹਦਾ ਪੁੱਲਾ ਕਿੰਨੇ ਰੈਮ ਆ ਇਹਦਾ ਪੜ ਦੋ ਕੀ ਅੱਛਾ ਬੱਕਰੇ ਤਿਆਰ ਕਰਕੇ ਭੇਜ ਦੇਣਾ ਬਾਈ ਬੱਕਰੇ ਤਿਆਰ ਕਰਕੇ ਭੇਜ ਦੇਣਗੇ ਕੰਨ ਕੁੰਨ ਬਹੁਤ ਵਧੀਆ ਨੇਗੇ ਠੀਕ ਹੈ ਬੱਕਰਾ ਕਿੰਨੇ ਕੁ ਮਹੀਨੇ ਦਾ ਹੋਊਗਾ ਇਹ ਡੇਢ ਮਹੀਨੇ ਦਾ ਬਾਈ ਆ 22 ਤਰੀਕ ਨੂੰ ਮਹੀਨੇ ਦਾ ਹੋ ਗਿਆ 22 ਤਰੀਕ ਨੂੰ ਮਹੀਨੇ ਦਾ ਮਹੀਨੇ ਦਾ ਹੋ ਗਿਆ ਇਹ ਨਾਲ ਹੀ ਲੈ ਆਂਦਾ ਹੈ ਠੀਕ ਹੈ ਕਿੰਨੇ ਕੁ ਬੱਕਰੇ ਤਿਆਰ ਕਰਕੇ ਵੇਚਦੇ ਹੋਣੇ ਤੂੰ ਬਸ ਬਾਈ ਤਕਰੀਬਨ ਮਤਲਬ ਸਾਲ ਦੇ 5-4 ਕਰ ਲੈਂਦੇ ਹੈਗੇ ਇੱਕ ਸਾਲ ਦੇ ਹਾਂ ਅੰਡਲ ਵੀ ਹੁੰਦੇ ਵਿੱਚ ਹੀ ਖੱਸੀ ਕਿੰਨਾ ਕੁ ਬੱਕਰਾ ਲੈ ਕੇ ਤਿਆਰ ਕਰ ਦੇਵਾਂਗੇ 5-6 ਮਹੀਨੇ ਲੈ ਲੈਣਾ ਤਕਰੀਬਨ ਵਧੀਆ ਹੋਵੇ ਹੁੰਦਲ ਹੇਲ ਜਾ 5-6 ਮਹੀਨੇ ਦਾ 25 ਕਿਲੋ ਦਿਨ ਇਹਨਾਂ ਨੂੰ ਖੁਰਾਕ ਵਗੈਰਾ ਖੁਰਾਕ ਦੇ ਵਿੱਚ ਬਾਈ ਜਿਵੇਂ ਜੀ ਛੋਲਿਆਂ ਛਿਲਕਾ ਹੋ ਗਿਆ ਚਣਾ ਖੰਡਾ ਹੋ ਗਿਆ ਜਾਂ ਕਣਕ ਹੋ ਗਈ ਮੱਕੀ ਹੋ ਗਈ ਖਲ ਹੋ ਗਈ ਬੜੇਵਿਆਂ ਦੀ ਬਸ ਇਹੀ ਕੁਝ ਦਿੰਦੇ ਆ ਜਾਂ ਦਵਾਈਆਂ ਵਗੈਰਾ ਹੋ ਗਈਆਂ ਹਨਾ ਮਲਟੀ ਵਿਟਾਮਿਨ ਹੋ ਗਏ ਪ੍ਰੋਪਰ ਡੀਵਾਮਿੰਗ ਵਗੈਰਾ ਵੀ ਸਾਰੀਆਂ ਚੀਜ਼ਾਂ ਕਰ ਦਵਾਂ ਹਾਂ ਬਾਈ ਕੀ ਭਾਅ ਚ ਵਿਕ ਜਾਂਦੇ ਨੇ ਫਿਰ ਕਿੰਨੇ ਕਿਤੇ ਲੈ ਕੇ ਤਕਰੀਬਨ ਅੱਡ ਅੱਡ ਕੁਆਲਿਟੀ ਤੇ ਡਿਪੈਂਡ ਆ ਬਾਈ ਜਿਵੇਂ ਅੰਡਲ ਬੱਕਰਾ ਉਹਦਾ ਬਰੀਡ ਦੇ ਹਿਸਾਬ ਨਾਲ ਵੇਖਦਾ ਹੈਗਾ ਖੱਸੀ ਵੀ ਤਿਆਰ ਕਰਦੇ ਆ ਖੱਸੀ ਵੀ ਕਰਦੇ ਆ ਖੱਸੀ ਮੀਟ ਦੇ ਹਿਸਾਬ ਨਾਲ ਵੇਖਦਾ ਹੈਗਾ ਜਿਵੇਂ ਸਪੋਜ਼ ਕਰੋ ਕੁਆਂਟਲ ਦਾ ਬੱਕਰਾ ਹੈਗਾ ਕੁਆਂਟਲ ਟੋਟਲ ਬਾਡੀ weight ਦੇ ਵਿੱਚੋਂ 50 ਕਿਲੋ ਗੋਸਤ ਨਿਕਲਦਾ ਹੁੰਦਾ ਮੀਟ ਛੱਡ ਦੇ ਉਹਨੂੰ ਆਰਾਮ ਨਾਲ ਕੱਢ ਦੋ ਉਹ 30-35,000 ਰੁਪਏ ਦਾ ਵਿਕ ਜਾਂਦਾ ਬਕਰੀ ਤੇ ਠੀਕ ਹੈ ਹਾਂ 35 ਦਾ 40 ਦਾ ਦੰਦ ਕਿਆ ਆਇਆ ਭਾਈ ਉਹ 4 ਕਿਆ ਕੀਮਤ ਦੇ ਸੀ ਇਹਦਾ ਮੁੱਲ ਦਾ 40,000 ਹੈ 40,000 ਲੈ ਚਲੋ ਚੰਗੀ ਗੱਲਬਾਤ ਆ ਵੈਸੇ ਸੰਪਰਕ ਕੀ ਆ 9872506314 ਠੀਕ ਹੈ ਵੀ ਇਹਦੇ ਸੰਪਰਕ ਕਰ ਸਕਦੇ ਹੋ ਬਾਈ ਬਾਈਆਂ ਕੋਲ ਮਾਰ ਕੇ ਦੇਖ ਲਿਓ ਸੰਪਰਕ ਨੰਬਰ ਕੀ ਗੱਲਬਾਤ ਬਣਦੀ ਆ ਆਹ ਦੇਖੋ ਆਹ ਬੱਕਰਾ ਤਾਂ ਵਾਹਵਾ ਤੇਜ਼ ਆ ਬਾਈ ਇਹ ਤੋਂ ਤਾਂ ਬਚ ਕੇ ਰਹਿ ਤੂੰ ਇਹ ਬਾਈ ਖੱਪ ਵੱਧ ਕਰਦਾ ਤੁਹਾਡੀ ਅੱਛਾ ਇਹਨੂੰ ਤਾਂ ਵੇਚੋ ਫਿਰ ਜਲਦੀ ਮੈਂ ਕਹਿੰਦਾ ਹੋਰ ਹੋਰ ਠੀਕ ਹੈ ਨਾ ਚੰਗਾ ਬਾਈ ਹੈ ਠੀਕ ਹੈ ਬਾਈ ਓਕੇ ਚਲੋ ਬਾਈ ਠੀਕ ਹੈ ਬਾਈ ਥੈਂਕ ਯੂ ਕਿਵੇਂ ਲੱਗੀ ਬਾਈ ਵੀਡੀਓ ਦੱਸਿਓ ਫਿਰ ਕਮੈਂਟ ਕਰਕੇ ਮੁੱਲਾਪੁਰ ਦੀ ਬੱਕਰੀਆਂ ਦੀ ਮੰਡੀ ਤੇ ਪਹੁੰਚਿਆ ਕਰੋ ਧੰਨਵਾਦ।